चलो कमेंटेटर किधर गया है? लीडर साहब बड़ी प्यारी वीडियो बनी आज दी। आज दी सही गल है, आज दी बड़ी प्यारी बनी। रोशनी थोड़ी और होंगी ना तो मजा आ। लैके काले पानिया भाई जुती लैके ले भैया पका पका मैं घूमना चुकया गया भाई बस हूं नहीं गलत बैठा इतने मैं घूमना मामा इतने जिन्हें खेलना होना खिला दे बाकी पा दे सारे यार ठीक है ना।
ਅੱਗੇ ਉਹਨਾਂ ਨੂੰ ਮਿਟਾ ਗਿਆ ਉਹਨਾਂ ਦੀ ਆਪਣੇ ਚੱਕ ਕਮੈਂਟਰੀ ਤੋਂ ਬਗੈਰ ਤਾਂ ਮਜ਼ਾ ਨਹੀਂ ਆਉਂਦਾ ਪੈਸਾ ਆ ਗਿਆ। ਲਓ ਜੀ ਅਗਲੀ ਰੈਡ ਦੇ ਵਧਿਆ ਫੈਸਲ ਡੋਗਰ, ਅੱਗੋਂ ਲੱਗ ਗਿਆ ਜੀ ਗੁਲਰੇਜ ਖਾਂ ਪਠਾਨ, ਹਲਕੇ ਹਲਕੇ ਪੈਰ ਫਿਸਲਦੇ ਹੋਏ। ਅਲੀ ਭਰਾ ਮੇਰੇ ਕੋਲ ਲੈ ਲਈ, ਮੈਂ ਗੈਲਰੀ ਮਾਰਦਾ ਚੱਕਰ ਏ ਪਲੱਸ ਬੜੇ, ਮੈਂ ਡਬਲ ਡਬਲ ਮਿਹਨਤ ਕਰਨਾ ਚਾਹੁੰਦਾ ਵੀ ਇੱਕੋ ਹੀ ਆਏ ਬਣਾ ਲਵੇ ਉਹਨੂੰ ਕੋਲ। ਹਾਂ ਵੇਖ ਲੈ ਜੇ ਬਣਾਉਣੀ ਤਾਂ ਵੇਖ ਲੈ, ਨਹੀਂ ਤਾਂ ਮੇਰੇ ਕੋਲ ਲੈ ਲਈ। ਆਪਾਂ ਕਿਹੜਾ ਕੁੜੀਆ ਵੰਡਿਆ ਆਪਾਂ ਆਪ ਜੀ ਛੱਡਦੇ ਨਹੀਂ ਸਰ, ਜਨਾਬ ਕਾਬਲੇ ਸਿੱਧ ਕਾਬਲੇ ਤੇਰਾ ਮੁਸਤਾਦ ਸ਼ਾਹਿਦ ਇਕਬਾਲ ਜੱਟ ਸਾਹਿਬ ਨੈਸਕੋ ਵਾਬੜਾ ਕਬੱਡੀ ਦੇ ਕੋਚ ਇਸ ਵੇਲੇ ਕਰੋਨਾਮਾ ਦਾ ਸ਼ੁਕਰੀਆ ਲਾਪਾਲ ਜ਼ਿੰਦਗੀ ਦਰਾਜ ਕਰੇ ਫਿਰ ਇਸ ਵੇਲੇ ਸਟੇਜ ਦੀ ਬਣਜ਼ੀਰਾ ਦਿਲ ਦੀਆਂ ਡੂੰਘੀਆਂ ਥਰਾਵਾਂ ਤੋਂ ਜੀਆਂ ਨੂੰ ਵੈਲਕਮ ਵੈਲਕਮ ਸਾਡੇ ਬਿਸਮਿਲਲਾ ਕਿ ਹੁਨਰ ਵੀ ਕੋਈ ਨਹੀਂ ਕੁਦਰਤੀ ਗੱਲ ਏ ਜ਼ਮਾਨਾ ਮੇਰਾ ਹਯਾ ਕਰਿੰਦਾ ਏ ਮੈਂ ਜਿਸ ਨੂੰ ਟਕਰਾਂ ਖੁਦਾ ਦੀ ਕਸਮ ਏ ਉਹ ਮੇਰੇ ਹੱਕ ਚ ਦੁਆ ਕਰਿੰਦਾ ਏ ਇਹ ਨਾਮ ਸ਼ਹਰਤ ਦਾਦ ਜਗਦੀ ਜਵੇਦ ਸੁਣ ਕੇ ਹੈਰਾਨ ਹੋਣਾ ਮੈਂ ਅੱਜ ਵੀ ਅਦਨਾ ਮੈਂ ਕੱਲ ਵੀ ਅਦਨਾ ਜੋ ਕਰਿੰਦਾ ਏ ਖੁਦਾ ਕਰਿੰਦਾ ਏ ਚੱਲ ਵੀ ਸ਼ੇਰਾ ਪਾ ਕਬੱਡੀ ਦੋਵੇਂ ਟੀਮਾਂ ਨੂੰ ਥੋੜਾ ਪਿੱਛੇ ਕਰ ਦਿਓ ਕਬੱਡੀ ਇਸ ਵੇਲੇ ਫਿਰ ਪਾਏਗਾ ਬਾਬਾ ਸ਼ਰਫਾਨਾ ਗੁੱਜਰ ਦਸ ਫਾਈਨਲ ਪਿੰਡ ਮੁੰਡੇ ਦਾ ਕੋਟ ਗੁਜਰਾ ਚੱਲ ਵੀ ਸ਼ੇਰਾ ਪਾ ਕਬੱਡੀ ਮੋਢਿਆਂ ਦੀ ਬਣੀ ਸੁੱਖਾਂ ਦੀ ਤਵੀਜੜੀ ਤੇ ਕੌਡੀ ਕੌਡੀ ਕਰਦਾ ਆ ਗਿਆ ਮੈਦਾਨ ਵਿੱਚ ਡਕਲ ਵਜਿੰਦੇ ਵੀ ਜਿਹੜੇ ਸਾਨ ਵਿੱਚ ਹੰਗੇ ਤੇ ਜਾ ਕੇ ਮੈਂ ਬੱਕਰੇ ਬੁਲਾਵਾਂਗਾ ਬਿਜਲੀ ਵਾਂਗੂ ਨਾ ਸਜਾਵਾਂਗਾ ਤੇ ਫਿਰ ਹੱਥ ਕਿਸੇ ਦੇ ਨਹੀਂ ਆਵਾਂਗਾ ਅੱਜ ਸੋਹਣ ਕਸਮੇ ਆਪੇ ਬੰਦ ਹੁੰਦਾ ਪੇ ਚੱਲਣਾ ਕਬੱਡੀ ਫਿਰ ਪਾਏਗਾ ਸ੍ਰੀ ਮੁਹੰਮਦ ਅਫਜ਼ਲ ਚੀਤਾ ਚੱਲ ਵੀ ਚੀਤਿਆ ਪਾ ਕਬੱਡੀ ਚੀਤੇ ਦਾ ਫਿਰ ਤਾਵਾ ਛਾਟਵਾਂ ਸਰੀਰ ਇਸ ਵੇਲੇ ਮੁੰਡੇ ਦਾ ਅਫਜ਼ਲ ਚੀਤਾ ਦਾ ਸ਼ਾਮੀ ਕੰਬੋ ਤੇ ਅਫਜ਼ਲ ਚੀਤਾ ਹੋ ਜਾਂਦਾ ਰੇਡਰ ਸ਼ੋਕ ਦਾ ਗੁੜ ਖਾਂਦਾ ਤੇ ਗੰਨੇ ਚੁੱਕਦਾ ਪਾਈ ਫਿਰ ਇਸ ਵੇਲੇ ਫਿਰ ਅਫਜ਼ਲ ਚੀਤੇ ਦਾ ਕਬੱਡੀ ਫਿਰ ਪਾਏਗਾ ਸ੍ਰੀ ਫੈਸਲ ਡੋਗਰ ਚੱਲ ਵੀ ਡੋਗਰਾ ਪਾ ਕਬੱਡੀ ਕਿ ਪਾੜੇ ਟੱਪ ਕੇ ਬਿਜਲੀ ਦੇ ਵਾਂਗ ਜਾਵਾਂ ਸਦਕੇ ਜਾਵਾਂ ਮੈਂ ਤੇਰੀ ਅਫਜ਼ਲ
उस्ताद शादी के बाद जट को लाया तेरा नाम है, जल्दी आ जा जल्दी आ जा। कबड्डी फिर पाई गाली रजा कुरैशी चिट्टी टेपा मुश्किल मुंडा दो नंबर तो मुंडा लग्या मुंडा साफर दी गाची वागू फिसलदा हाय जा पिया हाय रे रेफरी दसन गए नसीम जट एडवोकेट चिश्ती कबड्डी पूरी दुनिया ते आल पाकिस्तान यूरोप सिर्फ एक कोच होना चाहिए कोई फालतू बंदा दो टीमों के नाम नहीं होना चाहिए मेहरबानी करो तुसी आप थोड़ा जिहा हया नूं हत्थ मारो थोड़ा पिछे हो जाओ मेहरबानी करो असीं तो बार बार गुजारिश ही कर सकते हैं बकाया जी मेहरबानी तुहाडी अगर तुसी साडे सुन चल भी शेर आखा कबड्डी के पैरे टपके बिजली दे वांग जावा सदके जावा मैं तेरी रफ्तार उत्ते जाके जाफे दे नाल तेरी चपट लावे जिन्हें शेर चपड़ता से शिकार उते चल भी अफसर चीता छाटवा शरीर यंग स्टार कबड्डी खिलाड़ी वो चांदा उड़दा छाला मारदा ताड़ी लाओ गिरी मुंडा कोड़ी तगड़ी खेलन दे ते जिहड़ा बंदा ताड़ी ना मारे रब दे मां प्यो नूं सेध देणा ताड़ी लाओ गिरी पापा पारो ते सीधा पड़ बई साध मंचा जी आ प्लेयरां नूं इधर करो मेहरबानी करो ਮੈਨਾਂ ਗੁੱਜਰ ਅਰੇ ਗੁੱਜਰ ਗੱਲੇ ਕਰੋ ਸਾਡੇ ਮੂੰਹ ਹੀ ਬਈ ਅੱਛਾ ਜਰਾ ਦਾ ਮਿਹਰਬਾਨੀ ਆਪਣੇ ਇੰਤਜ਼ਾਮੀਆਂ ਵਿੱਚ ਬੜੀ ਮਿਹਰਬਾਨੀ ਕਰੋ ਤੇ ਬੰਦੇ ਪਿੱਛੇ ਕਰੋ ਯਾਰ ਕਬੱਡੀ ਫਿਰ ਪਾਏਗਾ ਅਲੀ ਰਜ਼ਾ ਕੁਰੈਸ਼ੀ ਚੱਲ ਵੀ ਸ਼ੇਰਾ ਪਾ ਕਬੱਡੀ ਇੰਨਾ ਗਲੀ ਪਤਾ ਹੈ ਨਾ ਪਤਾ ਹੈ ਕਿ ਸ਼ਿਕਾ ਤੇਰੇ ਕੈਰ ਨਹੀਂ ਜਾਂਦੇ ਸੁਪਨੇ ਸ਼ਿਕਰ ਦੁਪਹਿਰ ਨਹੀਂ ਜਾਂਦੇ ਵੱਖਰੀ ਗੱਲ ਹੈ ਡੰਗ ਨਾ ਮਾਰਨ ਸੁਪਾ ਵਿੱਚ ਜ਼ਹਿਰ ਨਹੀਂ ਜਾਂਦੇ ਲਾਈਟ ਹਟ ਜਾ ਇਹ ਕੁਰੈਸ਼ੀ ਦਾ ਚੱਲ ਵੀ ਚੱਲ ਵੀ ਸ਼ੇਰਾ ਪਾ ਕਬੱਡੀ ਕਬੱਡੀ ਫਿਰ ਪਾਏਗਾ ਫੈਸਲ ਡੋਗਰ 18 ਫਾਈਨਲ ਪਿੰਡ ਮੋੜੇ ਦਾ ਇੱਕ ਲੋਕ ਚੀ ਦੇ ਰਸਾਂ ਦੇ ਕੋੜਾ ਗੁਨੇ ਹੈ ਸ਼ਰੀਰ ਚੱਲ ਵੀ ਸ਼ੇਰਾ ਪਾ ਕਬੱਡੀ ਚਿੱਟੀਆਂ ਟੇਪਾਂ ਚਿੱਟੇ ਰੰਗ ਦੀ ਮੁੰਡੇ ਨਿਕਲ ਕੀਤੇ ਹੋਈ ਹਾਂ ਕਬੱਡੀ ਕੱਲੇ ਨੂੰ ਕੱਲਾ ਏ ਟੈਕਨੀਕਲ ਪੁਆਇੰਟ ਔਰ ਸਾਡੇ ਰੈਫਰੀ ਦਾ ਇਸ਼ਾਰਾ ਕੇ ਪੁਆਇੰਟ ਹੋਗਾ ਫੈਸਲ ਡੋਗਰ ਦਾ ਉਹਦੇ ਦਾ ਦੇਖੋ ਕਿਹਦਾ ਬਿਛੜਾ ਜਾਂਦਾ ਜ਼ਿੰਦਾਬਾਦ ਡੋਗਰ ਜ਼ਿੰਦਾਬਾਦ ਆਜਾ ਦੀ ਆਜਾ ਚੀ ਤੇ ਆਜਾ ਆਜਾ ਚੀ ਤੇ ਆਜਾ ਜ਼ਿੰਦਾਬਾਦ ਬਈ ਕਬੱਡੀ ਫਿਰ ਪਾਏਗਾ ਫੈਸਲ ਚੀਤਾ ਪੰਜ ਬੰਨਲ ਪਿੰਡ ਮੋੜੇ ਦਾ ਯੰਗ ਸਟਾਰ ਕਬੱਡੀ ਖਿਡਾਰੀ ਕੰਨੀ ਚੀਤਾ ਪਾ ਕਬੱਡੀ ਕਿ ਤੇਰੇ ਹਾਲ ਹਵਾਲੇ ਚੰਗੇ ਲੱਗਦੇ ਨੇ ਗਿਰ ਨੂੰ ਤੇਰੇ ਚਾਲੇ ਚੰਗੇ ਲੱਗਦੇ ਨੇ ਬੰਨਿਆ ਕਰਦਾ 11 ਸਾਰੇ ਹੁੰਦੇ ਨੇ ਬੱਚੀ ਤੇ ਆ ਪੁੱਤਰ ਹਵਾਲੇ ਚੰਗੇ ਲੱਗਦੇ ਨੇ
ਹਰ ਪੁਆਇੰਟ ਦਾ ਫਿਰ ਅਫਜ਼ਲ ਜੀਤੇ ਦਾ ਜ਼ਿੰਦਾਬਾਦ ਘੁੰਮਣਾ ਮੈਂ ਫਿਰ ਪਾਏਗਾ ਰਾਏ ਅਲੀ ਖਰਮ ਫਜ਼ਲੁਰ ਰਹਿਮਾਨ ਟਾਈਗਰ ਦਾ ਘੋੜਾ ਦੋ ਨੰਬਰ ਦੇ ਸਿਰੇ ਫਿਰ ਮੁੰਡਾ ਲੱਗਿਆ ਟੈਕਨੀਕਲ ਪੁਆਇੰਟ ਸਾਡੇ ਰੈਫਰੀ ਦਾ ਇਸ਼ਾਰਾ ਜਾ 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 ਯਾਰ ਆ ਜਾ ਔਰ ਪੁਆਇੰਟ ਉਹਦੇ ਸਿਰੇ ਫਿਰ ਰੇਡਰ ਦੇ ਖਾਤੇ ਪੁਆਇੰਟ ਉਹਦਾ ਰਾਏ ਅਲੀ ਖਰਮ ਦਾ ਕਬੱਡੀ ਫਿਰ ਪਾਏਗਾ ਅਲੀ ਰਜ਼ਾ ਕੁਰੈਸ਼ੀ ਕਿਤੇ ਨੂੰ ਇਸਤਾ ਬਖਸ਼ੇ ਰੱਬ ਸੁਣੇ ਸਭ ਹਲੀ ਰਲੀ ਕਹਿੰਦੇ ਨੇ ਮੈਂ ਜਾ ਕੇ ਦੇਖਿਆ ਹਰ ਖਾਤੇ ਤੇਰੇ ਨਾਂ ਦੇ ਰੌਲੇ ਪੈਂਦੇ ਨੇ ਜਦ ਰੇਡ ਪਾਵਰ ਲੈ ਜਾਵੇਗਾ ਸਭ ਤੇਰਾ ਰਸਾ ਵੇਂਦੇ ਨੇ ਤੇਰੀ ਪਹਿਲੀ ਰੇਡ ਨੂੰ ਦੇਖਣ ਲਈ ਬੰਦੇ ਇੱਕ ਦੂਜੇ ਨਾਲ ਖੇਡਦੇ ਨੇ ਉਹ ਜੁੱਤੀਆਂ ਚਕਾ ਯਾਰ ਅਲੀ ਰਜ਼ਾ ਕੁਰੈਸ਼ੀ ਦਾ ਕਬੱਡੀ ਫੇਰ ਪਾਏਗਾ ਸਲੇ ਬਾਬਰ ਪੱਟੀ ਅਖਤਰਾਬਾਦ ਦਾ ਹੀਰਾ ਉੱਚਾ ਲੰਮਾ ਕੱਦ ਟੀਮ ਦੀ ਕਰਦੇ ਸਲੇ ਮੁੰਡਾ ਕਪਤਾਨੀ ਸਾਰਾ ਟੱਬਰ ਨਹੀਂ ਕੱਲੇ ਨੂੰ ਕੱਲਾ ਹਾਕੀ ਨਾ ਬੱਲਾ ਸਾਡੀ ਖੇਡ ਹਜ਼ਾਰੋਂ ਕਬੱਡੀ ਕੱਲੇ ਨੂੰ ਕੱਲਾ ਜਿਹਦੇ ਵਿੱਚ ਦਮ ਆ ਜਾਏ ਮੈਦਾਨ ਅੰਦਰ ਛੱਡ ਕਰੇਗਾ ਜਵਾਨ ਕੱਲੇ ਨੂੰ ਕੱਲਾ ਚੱਲ ਵੀ ਸ਼ੇਰਾ ਪਾ ਕਬੱਡੀ ਕਬੱਡੀ ਪਾਏਗਾ ਮੁਹੰਮਦ ਅਫਜ਼ਲ ਚੀਤਾ ਚੱਲ ਵੀ ਚੀਤਿਆ ਪਾ ਕਬੱਡੀ ਉਸਨੇ ਫਿਰ ਕਾਸ਼ੀ ਪੱਟੀ ਦਾ ਚੀਤਾ ਹਾਏ ਹਾ ਮੁੰਡਾ ਸਾਬਣ ਦੀ ਕਾਚੀ ਵਾਂਗੂ ਫਿਸਲ ਗਿਆ ਤਾੜੀ ਲਾ ਜਿਹੜਾ ਤੁਹਾਡੇ ਨੂੰ ਪਿਆਰ ਕਰਦਾ ਹੈ ਤੇ ਜਿਹੜਾ ਤਾੜੀ ਨਾ ਬੁਲਾਵੇ ਤਾੜੀ ਲਾਓ ਅਸੀਂ ਤਾੜੀ ਬੁਲਾ ਲੈਣੀ ਤੁਹਾਡੇ ਕੋਲ ਮਿਹਰਬਾਨੀ ਤੁਸੀਂ ਪਾਸ ਦੇ ਨਾਲ ਲੱਗੋ ਮਿਹਰਬਾਨੀ ਕਾਰੀ ਆ ਰਹਾ ਹੈ ਨਾ ਗੁਜਰ ਚੱਲ ਵੀ ਗੁਜਰ ਨਾਲੇ ਨਵਾਂ ਹੈ ਅੱਗੇ ਖੜੇ ਸੀ ਚਾਰ ਹੀਰੇ ਅੱਗੇ ਚਾਰ ਨਵਾਂ ਹੈ ਸਭੀ ਅਸਲ ਕਬੱਡੀ ਕਬੱਡੀ ਆ ਗਏ ਗੁਜਰ ਚੱਲ ਵੀ ਗੁਜਰ ਇਧਰ ਨਾ ਇਸਲੇ ਫਿਰ ਲਗਾ ਮੋਸ਼ਰ ਦਾ ਪਠਾਨ ਮੋਸ਼ਰ ਦਾ ਪਠਾਨ ਦੇ ਪਾਣਾ ਗੁਜਰ ਗੁਜਰ ਦੇ ਪਠਾਨ ਅਲਗਾ ਸਾਜੀ ਪਠਾਨ ਨੰਬਰ ਲੈ ਗਿਆ ਡਬਲ ਬੈਕ ਤੇ ਪੈਣਾ ਕਿ ਪਿਆ ਸੁਣੀਦਾ ਫਿਰ ਦਾ ਸਾਡੇ ਨਾਲ ਹੱਥ ਨਹੀਂ ਫੇਰ ਦੇ ਕੋਈ ਨਹੀਂ ਮੈਂ ਨਾ ਕਰੇ ਸਾਰਾ ਸਾਰਾ ਟੱਬਰ ਨਾ ਸਾਰਾ ਟੱਬਰ ਨਾ ਰੈਫਰੀ ਆਪੇ ਫੈਸਲਾ ਕਰ ਲੈਣਗੇ ਮਿਹਰਬਾਨੀ ਕਰੋ ਭਾਈ ਜਾਨ ਵੀ ਤੂੰ ਲੈ ਲੈ ਸਾਡੇ ਤੁਸੀਂ ਮੇਜ਼ਬਾਨ ਜੀ ਹੁਣਲੇ ਪਾਲਿਆਂ ਦੇ ਅੱਗੇ ਨੱਕ ਲੋਗੇ ਮਿਹਰਬਾਨੀ ਕਰੋ ਡਬਲ ਟਾਚ ਨੇ ਪਹਿਲੇ ਦਾ ਤੇ ਫਿਰ ਨਿਕਲਣਾ ਹੈ ਜਿੱਥੇ ਕਦੇ ਡਾਕਟਰ ਹੋਣਾ ਕਿ ਨਹੀਂ ਹੈ ਇਹ ਗੱਲ ਹੈ ਜੀ ਡਾਕਟਰ ਜਿੱਥੇ ਕਰੇ ਬੜਾ ਫੋਕਸ ਕਰਨਾ ਤੇ ਟਾਚ ਰੋਲਿਆਂ ਦੇ ਨਾਲੇ ਹੱਥ ਲਾਉਣਾ ਨਾ ਲਾਉਣਾ ਮਿਹਰਬਾਨੀ ਕਰੋ ਜਿਹੜਾ ਰੈਫਰੀ ਫੈਸਲਾ ਦੇਣਗੇ ਇਹ ਖਤਮ ਹੀ ਹੋ ਜਾਏਗਾ ਮਿਹਰਬਾਨੀ ਬੜੀ ਸ਼ਰਮ ਪੰਜਾਬ ਦੇ ਬਾਰੇ ਸੰਭਾਲ ਮਿਹਰਬਾਨੀ ਮਾਸ਼ਾਅੱਲਾ ਜੁਸਾ ਤਕੜਾ ਕੋਈ ਸ਼ਾਇਰੀ ਨਹੀਂ ਚੱਲ ਵੀ ਕਬੱਡੀ ਪਾਏਗਾ ਫਿਰ ਅਲੀ ਰਜ਼ਾ ਕੁਰੈਸ਼ੀ ਉਸਤਾਦ ਸਜਾਦ ਹੁਸੈਨ ਦੁੱਬਾ ਕਬੱਡੀ ਕਲੱਬ ਦਾ ਹੀਰਾ ਕਰੇਗਾ ਨਮਾਜ਼ੀ 18 ਪੁਆਇੰਟ ਨੇ ਪਿੰਡ ਮੁੰਡੇ ਦਾ ਪਲੇਅਰ ਇੱਧਰ ਹੋ ਜਾਓ ਮਿਹਰਬਾਨੀ ਕਰੋ ਕੋਈ ਸ਼ੇਰ ਨਜ਼ਰ ਆ ਨਹੀਂ ਆ ਸਾਡੇ ਪੁਰਾਣੇ ਸੱਪਾਂ ਦੀ ਲੜਾਈ ਵੇਖਣ ਨਹੀਂ ਆਏ ਮਿਹਰਬਾਨੀ ਕਰੋ ਫੈਸਲ ਇੱਧਰ ਹੋ ਜਾਓ ਸਾਡੇ ਸ਼ਾਹੀ ਕੁਮਾਰ ਜੱਟ ਨੂੰ ਗੁੱਸਾ ਆਡੇ ਇੱਧਰ ਹੋ ਜਾਓ ਸਾਡੇ ਰੈਫਰ ਦੇ ਸੰਗੀ ਕਾਹਨਾ ਖਾਲ ਦਾ ਨਾ ਦੋ ਲੱਗਦਾ ਹੋਇਆ ਚਾਪੀ ਸਲੇ ਫਿਰ ਬੰਨ ਖੜਾ ਚਾਪੀ ਸਲੇ ਫਿਰ ਤਗੜਾ ਲੱਗਾ ਹੋਇਆ ਕਿੱਦਾਂ ਦੇ ਗੁੱਥੋਂ ਦੇ ਗੁੱਥਾ ਹੋ ਗਏ ਤੇ ਵੱਜ ਗਿਆ ਨਲਕਾਰਾ ਹੁਣ ਤੇ ਨੰਬਰ ਉਹੀ ਕਰੂ ਜਿਹੜਾ ਹੋਈ ਜਾਨ ਚ ਭਾਰਾ ਕਬੱਡੀ ਫਿਰ ਪਾਏਗਾ ਰਾਏ ਅਲੀ ਖਰਮ ਉੱਚਾ ਲੰਮਾ ਮੁੰਡੇ ਦਾ ਕਾਦੇ ਸਲੇ ਫਜ਼ਲੁਰ ਰਹਿਮਾਨ ਕੋਲ ਕੀਤੀ ਹੋਈ ਹੈ ਟ੍ਰੇਨਿੰਗਾਂ ਉਸਤਾਦ ਦਾ ਇਸਲੇ ਵੱਡਾ ਨਾਮ ਮਕਾਮ ਬਣਾ ਵਿਕਾਸ ਬਲੋਚ ਲੱਗਿਆ ਉਸਤਾਦ ਗੋਗੇ ਦਾ ਘੋੜਾ ਲੱਗਿਆ ਉਧਰੇ ਫਜ਼ਲੁਰ ਰਹਿਮਾਨ ਟਾਈਗਰ ਦਾ ਘੋੜਾ ਬਲੋਚ ਦੇ ਖਰਲ ਹੋ ਜਾਂਦਾ ਲੱਗਾ ਸ਼ਬਦਾ ਗੱਲ ਖਾਂਦਾ ਤੇ ਗੱਲ ਚੁਗਦਾ ਰਾਏ ਦਾ ਫਿਰ ਰਾਏ ਅਲੀ ਖਰਮ ਦੇ ਖਾਤੇ ਕਬੱਡੀ ਫਿਰ ਪਾਏਗਾ ਇਸਲੇ ਮੁੰਡਾ ਛਾਤਵਾ ਸ਼ਰੀਫ ਯੰਗ ਸਟਾਰ ਕਬੱਡੀ ਖਿਡਾਰੀ 5-1 ਵਾਲੇ ਪਿੰਡ ਮੁੰਡੇ ਦਾ ਕਬੱਡੀ ਦੁਆਰੇ ਤੇ ਫਿਰ ਮੁਹੰਮਦ ਅਫਜ਼ਲ ਚੀਤਾ ਚੱਲ ਵੀ ਚੀਤਿਆ ਪਾ ਕਬੱਡੀ ਕਚੁੰਗ ਚੁੰਗ ਕੇ ਮੱਝਾਂ ਬੋਰੀਆਂ ਆ ਗਈ ਦੌੜਿਆ ਤੇ ਪੱਟਾਂ ਵਿੱਚ ਜਾਣ ਮਿੱਤਰੋ ਅੱਜ ਪਤਾ ਲੱਗੂਗਾ ਕਿਹੜਾ ਜਿੱਤੂਗਾ ਕਬੱਡੀ ਦਾ ਮੈਦਾਨ ਮਿੱਤਰੋ ਮੋਟਿਆ ਬੈਠ ਹੋ ਗਿਆ ਸਨੇ ਫਿਰ ਅਫਜ਼ਲ ਚੀਤੇ ਦਾ ਬੈਠ ਹੋ ਗਿਆ ਫਿਰ ਮੁਹੰਮਦ ਅਫਜ਼ਲ ਦਾ ਕਬੱਡੀ ਫਿਰ ਪਾਏਗਾ ਫੈਸਲ ਡੋਗਰ ਜ਼ਿੰਦਾਬਾਦ ਦੀ ਬੈਠ ਹੋ ਗਿਆ ਫਿਰ ਇਸਨੇ ਫੈਸਲ ਡੋਗਰ ਦਾ ਕਬੱਡੀ ਫਿਰ ਪਾਏਗਾ ਇਸਲੇ ਅਲੀ ਕਬੱਡੀ ਪਿੰਡ ਮੁੰਡੇ ਦਾ ਚਾਹੀਦੀ ਅਲੀ ਪਾ ਕਬੱਡੀ ਚਿੱਟੀਆਂ ਟੇਪਾਂ ਮੋਬੇ ਕੀਤੀ ਹੋਈਆਂ ਅੱਗੇ ਖੜੇ ਸਲੇ ਚਾਰ ਹੀਰੇ ਅੱਗੇ ਖੜੇ ਕਾਸ਼ੀ ਪੱਟੀ ਸ਼ਾਮੀ ਕੰਬੋ ਕਾਸ਼ੀ ਪੱਟੀ ਦੀ ਫਿਕਚ ਮਾਰਿਆ ਟੱਚ ਇੱਧਰ ਨੂੰ ਇੱਧਰ ਨੂੰ ਇੱਧਰ ਕਰੋ ਅਸਾਂ ਨਾ ਕਰੋ ਇੱਧਰ ਨੂੰ ਬਜੇ ਨਹੀਂ ਕਰੋ ਇੱਧਰ ਨੂੰ ਅਸਾਂ ਕੀ ਕੀਤੀ ਕਰੇ
ਭਾਈ ਅਹਿਮਦ ਜਿੱਥੇ ਕਿ ਸਾਡਾ ਵੀਰ ਆਵਾਜ਼ ਸੁਣਦਾ ਜਿਹੜੇ ਫਾਈਨਲ ਦੇ ਫੁੱਟਬਾਲ ਦੀ ਟੀਮ ਉੱਪਰ ਲਾਹੌਰੋਂ ਉਹਨੇ ਕਿ ਬੱਬਰ ਸ਼ੇਰ ਤੂੰ ਸਕੂਲੇ ਤਾਰਿਆਂ ਦਾ ਤਾਰਾ ਲਾਇਆ ਮਿਹਰਬਾਨੀ ਕਰ ਜਾ ਕੇ ਤਾਰਾ ਖੋਲ ਕੇ ਮੁੰਡਾ ਅੰਦਰ ਚੀਕ ਕਹਿੰਦੇ ਮਾਤਾ ਗਿਰੀ ਜੀ ਨੇ ਮੈਂ ਚੱਲ ਰਿਹਾ ਵੀ ਛੇਤੀ ਜਾ ਤਾਰਾ ਖੋਲ ਮਾਤੇ ਮੁੰਡਾ ਅੰਦਰ ਹੋਇਆ ਜਨਾਬ ਇਸ ਦੇ ਨਾਲ ਜਨਾਬ ਕਾਬਲੀ ਜਿੱਦ ਕਾਬਲੀ ਤਰ੍ਹਾਂ ਉਸਤਾਦ ਸ਼ਾਹ ਇਕਬਾਲ ਜੱਟ ਸਾਹਿਬ ਘੋੜਾ ਅਵੈਸ ਕਰਨ ਤੇ ਅਲੀ ਰਜ਼ਾ ਕੁਰੈਸ਼ੀ ਤੇ ਦੋਵੇਂ ਗੁੱਥੂ ਗੁੱਤਾ ਹੋ ਗਏ ਤੇ ਵੱਜ ਗਿਆ ਲਲਕਾਰਾ ਹੋਰ ਤੇ ਨੰਬਰ ਉਹੀ ਖੜੂ ਜਿਹੜਾ ਹੋਊ ਜਾਨ ਚ ਭਾਰਾ ਭਾਈ ਨਸੀਬ ਜੱਟ ਐਡਵੋਕੇਟ ਦਾ ਇਸ਼ਾਰਾ ਭਾਈ ਜੋਗਾ ਸਿੰਘ ਫੇਰ ਅਵੈਸ ਕਰਨ ਦਾ ਕਬੱਡੀ ਫੇਰ ਪਾਏਗਾ ਸਿੰਘ ਅਲੀ ਰਾਏ ਅਲੀ ਖਰਨ ਆਫ ਹੋ ਗਿਆ ਸਾਜੀ ਫੁੱਟਬਾਲ ਦੇ ਜਿਹੜੇ ਸਾਡੇ ਫਾਈਨਲ ਦੀਆਂ ਦੋਵੇਂ ਟੀਮਾਂ ਗਰਾਊਂਡੇ ਪਹੁੰਚੀਆਂ ਨੇ ਅਸੀਂ ਗੁਜ਼ਾਰਿਸ਼ ਕਰ ਰਹੇ ਹਾਂ ਕਿ ਦੋਵੇਂ ਟੀਮਾਂ ਕਿੱਟਾਂ ਕਰਕੇ ਗਰਾਊਂਡੇ ਪਹੁੰਚੋ ਮਿਹਰਬਾਨੀ ਕਰੋ ਬੜੀ ਮਿਹਰਬਾਨੀ ਕਬੱਡੀ ਦਾ ਮੈਚ ਖਤਮ ਹੁੰਦਾ ਜਾਵੇ ਤੁਸੀਂ ਅੰਦਰ ਹੋ ਜਾਣਾ ਮਿਹਰਬਾਨੀ ਕਰੋ ਦੋਵੇਂ ਟੀਮਾਂ ਗਰਾਊਂਡੇ ਪਹੁੰਚੋ ਮਿਹਰਬਾਨੀ ਕਰ ਰਹੇ ਕਿੱਟਾ ਕਰਕੇ ਮੇਰਾ ਵੀਰ ਇੰਤਜ਼ਾਮੀਆ ਕਮੇਟੀ ਵੱਲੋਂ ਗੁਜ਼ਾਰਿਸ਼ ਹੈ ਕਿ ਔਰ ਇਨਸ਼ਾਅੱਲਾ ਕਬੱਡੀ ਦਾ ਦੂਸਰਾ ਹਾਫ ਪਹਿਲੇ ਹਾਫ ਦੇ ਤੁਹਾਨੂੰ ਇਹਨਾਂ ਨੇ ਦੱਸਦੀ ਜਿਹੜੀ ਮਿਹਨਤਾਂ ਕੀਤੀਆਂ ਇਹਨਾਂ ਨੇ ਚੀਤਾ ਕਬੱਡੀ ਕਲੱਬ ਬਾਬਰ ਪੱਟੀ ਖਿਲਾਫ ਚੀਤਾ ਕਬੱਡੀ ਕਲੱਬ ਦੇ 21 ਪੁਆਇੰਟ ਉਸਤਾਦ ਸਜਾਦ ਹੁਸੈਨ ਗੋਗਾ ਕਬੱਡੀ ਕਲੱਬ 18 ਫਾਈਨਲ ਦੇ 15 ਪੁਆਇੰਟ ਬਾਜੀ 21-15 ਦਾ ਮੁਕਾਬਲਾ 6 ਪੁਆਇੰਟ ਦੇ ਸਿਰੇ ਬਣਾਈ ਹੋਈ ਆ ਬਰਾਬਰ ਸੂਰਜ ਤੋੜਦਾ ਨਾਲ ਬਰਾਬਰ ਅੱਖ ਦੇ ਚਾਨਣ ਜੇ ਖੋ ਜਾਵੇ ਤਾਂ ਨੀਲਾ ਪੀਲਾ ਨਾਲ ਬਰਾਬਰ ਚੀਤਾ ਚੱਲ ਵੀ ਚੀਤਾ ਪਾ ਕਬੱਡੀ ਅੱਗੇ ਖੇਸ ਚਾਰ ਪਰਾ ਉਸਨੇ ਸ਼ਾਪੀ ਕਰਕੇ ਲੱਗਿਆ
उस्ताद मंचे दे सामने है घोड़ा उस्ताद मंचे दे शरीर दे क्रास मानो मखर दे बाबर बाबर पट्टी दे मखर फिर कपड़ा कपटी फिर ₹1,000 जिन्हें चप्पे मारेगा उन्हें ₹1,000 मारे पक्का पार हो गए चप्पे बाबू कदम के दिखाएगी और वसूल फिर देखा कि जनाब काबले से मुकाबले करने के साथ शादी के बाद जाग सा किसी दुकानी के मकाज में हूँ बहुत कोई भी असूल कबड्डी कोच मेरी गुरु का दिल खाचे गुरु का तथा शुक्रिया अल्लाह का उस्ताद की जिंदगी नाराज करे अल्लाह का उस्ताद का साया साबित है कायम कायम रखे कबड्डी में प्यार करते हैं कबड्डी के मुकाम में बेटा करते हैं और पूरी दुनिया के बच्चे कबड्डी के नाम बचा करते हैं उस्ताद अल्लाह का उस्ताद की जिंदगी नाराज करे कबड्डी इसलिए फिर पाएगा अली चीते का फिर पावा कबड्डी दौड़ के फिर अली चीता दो फाइनल पे गया मेरा छाट का शरीर एक दो कर दी चबाती एक खाई मोटा छाट एक शादी के मोटा शिपटी एक खाई राया गैस खरल चार हीरे चार से पापर केरा शरीर को रब काठी पाएगा सारे रैफरी का इशारा होगा अब मुझे ने तारी बोल के मुझे ने चुकिया होगा तारी ने मेरे चाठी दिना दे जेड़ा बंदा तारी ना पाए चाठी दिना दे लाता करा के फुरे तो के पूरे पाकिस्तान फिर कर रहे थे लाजी ने तारी ने भी पता पा लगे सारे और वो जब उसने भाषा में बोला जिन्हें कबड्डी का मैच पकड़ा जाए जिन्हें भी शकीन ग्राउंड बचे ने बहुत मेहरबानी ग्राउंड सजे ने लेकिन अब ग्राउंड थोड़ा बाहर हो जाएगा कबड्डी उसने फिर पाएगा बाबर कबड्डी चल गई बाबर पार कबड्डी माने मखरे से आता जफाई माने जफा मेरे शाह शाही के बाल वाले ₹1,000 छाता रैच छाता रैच छाता रैच तो इसने फिर बाबर पट्टी पट्टी के रैच 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 तेरे मेरा ख्याल कंधे खत्म हो गए कहा तेरे को जबोर दे पैर और बैठ होगा सिर्फ फिर बाबर पट्टी आया बाबर आया आया यार आया आया कबड्डी इसने फिर जीता पाएगा लेकिन कोराशी अली रजा फिर पावा अगे खड़े हो सिर्फ चार हीरे चार सका पर कि कई कदा सतों का रंबा चंद के रखीदा और जेड़ा बहुता सिर नो आवे बंदा छंड के रखीदा चाप इस ने फिर इको बच से इको बच जवानी तेज गड्डी इस ने अल्लाह मन के अभी तक रहने पाते चे और फिर खेगा चले तेरा लीगे जाके खाती कबड्डी फिर पाएगा कबड्डी फिर पाएगा सिर्फ फिर का पर शेर ऊंचा लंबा कद राय अली खड़े भी फिर कबड्डी अके खड़े विकास बलोच अके माना मखर विकास बलोच बलोच बलोचा बलोचा जब पे कर रहा होगा राय अली खड़े भी बलोच 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 चक नंबर पांच फटकार आजम जी ने कबड्डी को जीत इंशाल्लाह ने करेगी बहुत तगड़ा इंशाल्लाह कबड्डी का वक्त होगा इंशाल्लाह ने करीब से इंशाल्लाह डेट फिक्स करा के आल पाकिस्तान का टूर्नामेंट फ्रेंड लाइफ होगा इंशाल्लाह इंशाल्लाह सलाना जाती से फिर तगड़ा लगे है पता नहीं क्या रहा साफ के लिए साफ रुपए करते हैं कोई भी शहर नहीं जा रहा है मोटा चाट लगे असले पर फिर से सिदा पर फजल रहमान का जिस तरह कोड़ा मोटा चाट के अफसर चीता अफसर के मोटा चाट मोहम्मद अफसर चीता के मोटा चाट पे आ रहा है और बैठ अली चीता जिस मतलब पूरी अली चीता
ਬੰਦੇ ਹੀ ਕੋਈ ਨਾ ਹੋ ਜਾਂਦੇ ਨੇ ਸਾਨੂੰ ਪਤਾ ਨਹੀਂ ਕਿਹੜਾ ਕਿਹੜਾ ਲੱਗਾ ਕਬੱਡੀ ਤੋਂ ਆਰੇ ਸਿਰਫ ਫੈਸਲ ਦੋਕਰ ਕਬੱਡੀ ਸਿਰਫ ਲੱਗਦਾ ਫੈਸਲ ਦੋਕਰ ਇਹ ਪਾਵਾ ਖਿਲਾੜੀ ਨੇ ਉਹਦੇ ਕਰ ਦਿੱਤਾ ਇਹਨੇ ਕਿਹੜਾ ਤੁਸੀਂ ਨਾ ਵਰ ਫੈਸਲ ਦੋਕਰ ਜਿੰਦਾਬਾਦ ਔਰ ਬੈਠੇ ਦੇ ਸਿਰਫ ਫੈਸਲ ਦੋਕਰ ਦੀ ਕਬੱਡੀ ਅੱਗੇ ਸਟਾਰ ਜਿਹੜੇ ਮੇਰੇ ਤੇ ਗੁੱਸਾ ਕਰਦੇ ਨੇ ਮੈਂ ਨਾ ਕਿਹੜਾ ਲੈ ਰਹੇ ਪਤਾ ਕਿ ਕਿਹੜਾ ਆਤੇ ਮਿਹਰਬਾਨੀ ਕਰੋ ਯਾਰ ਥੋੜਾ ਪਿਛਾ ਹੋ ਜਾਓ ਸਾਡੇ ਕੋਲ ਸ਼ਾਇਦ ਨਜ਼ਰੇ ਨਹੀਂ ਆਉਂਦੇ ਬਾਰ ਬਾਰ ਆਪਾਂ ਗੁੱਸਾ ਲੱਗਾ ਕਿ ਫਿਰ ਅਫਸਰ ਚੀਤੇ ਦਾ ਸੌਰੀ ਹੋਈ ਅੱਗੇ ਅਫਸਰ ਚੀਤੇ ਨੂੰ ਚੱਪਾ ਨਹੀਂ ਹੋਣ ਲੱਗਿਆ ਸੀ ਅੱਗੇ ਅਲੀ ਚੀਤਾ ਹੋ ਦੋ ਰਨ ਦਾ ਸਾਡਾ ਬੱਬਰ ਸ਼ੇਰ ਇਹ ਕਰਦੇ ਨਗਰੀਆ ਪਾ ਕੇ ਮੁਹੰਮਦ ਅਫਸਰ ਚੀਤਾ ਪੰਜ ਰਨ ਦਾ ਬੱਬਰ ਸ਼ੇਰ ਕਬੱਡੀ ਇਸ ਨੂੰ ਫਿਰ ਪਾਏਗਾ ਸਿਰ ਬਾਬਰ ਪੱਟੀ ਪਾਣਾ ਬੱਕਰ ਦੇ ਬਾਬਰ ਪੱਟੀ ਪੱਟਾਂ ਵਿੱਚ ਚੋਪੜੀਆਂ ਤੇ ਦੋ ਦਰ ਰੋਜ਼ ਨਹੀਂ ਲੱਗਦੀਆਂ ਦੋਰੇ ਪਿੱਛੇ ਦੀ ਪਾਈ ਦੀ ਨਾਮ ਹੈ ਕਾਹੀ ਇਸ ਨੂੰ ਫਿਰ ਕਬੱਡਰ ਦੇ ਖਾਤੇ ਕਬੱਡੀ ਇਸ ਨੂੰ ਫਿਰ ਪਾਏਗਾ ਨਵੀਂ ਦਾ ਫਰਸ਼ ਚੱਲ ਪਈ ਦੀ ਕਬੱਡੀ ਤੋਸ਼ਾ ਤੁਸੀਂ ਤੋੜ ਦਿੰਦਾ ਜਿਹੜਾ ਮੁਕਾਬਲੇ ਚ ਮੁਕਾਬਲਾ ਬੜਾ ਚੀਤਾ ਕਬੱਡੀ ਕਲੱਬ ਦੇ ਸਿਰੇ ਪ੍ਰਮੋਟਰ ਭਾਈ ਮੁਹੰਮਦ ਅੱਲਾ ਸਾਹਿਬ ਕਰੋੜਾ ਪਾ ਤੋਂ ਸ਼ੁਕਰੀਆ ਬਤੌਰ ਕਬੱਡੀ ਤੇ ਪਹਿਲੇ ਮੇਰੇ ਵਾਸਤੇ ਹੌਸਲਾ ਫਜ਼ਾਈ ਦੇ ਚਾਹੀ ਜਬ ਮਿਹਰਬਾਨੀ ਅੱਲਾ ਕਮ ਜ਼ਿੰਦਗੀ ਦੇ ਰਾਜ ਕਰੇ ਛੋੜ ਦੇ ਮੁਹੰਮਦ ਅੱਲਾ ਚੀਤਾ ਕਬੱਡੀ ਕਲੱਬ ਦੇ ਸਿਰੇ ਪ੍ਰਮੋਟਰ ਦੀ ਜੋ ਕਿ ਹਾਲ ਹੈ ਨਹੀਂ ਨਹੀਂ ਮੁਹੰਮਦ ਅਫਜ਼ਲ ਚੀਤੇ ਨੂੰ ਜਿਹੜਾ ਬੱਬਰ ਸ਼ੇਰ ਜੱਫਾ ਕਰੇਗਾ ਹਲੋ ਸਟਾਰ ਸ਼ਾਦਿਕ ਨਾਲ ਜੱਟ ਕਰ ਰਿਹਾ ਹੈ ਜੱਫੀ ਦਾ 1000 ਰੁਪਏ ਦੀ ਮਾਰ ਜਵਾ ਦੇਗਾ ਕਬੱਡੀ ਸਿਰਫ ਫਿਰ ਪਾਏਗਾ ਬਾਬਰ ਸ਼ੇਰ ਚੱਲ ਵੀ ਸ਼ੇਰਾ ਪਾ ਕਬੱਡੀ ਕਬੱਡੀ ਅੱਗੇ ਬੱਕਰ ਬਨੋਚ ਆਖੀ ਬੱਕਰ ਬਨੋਚ ਦੀ ਫਿਰ ਕਬੱਡੀ ਅੱਗੇ ਸ਼ਾਮਿਕ ਗੋ ਦੇ ਬਨੋਚ 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 ਹਾਏ ਰਗਾ ਹਾਏ ਕਬੱਡੀ ਵਾ ਜਿੰਨਾ ਬੱਕਰ ਕਬੱਡੀ ਦੇ ਬਾਅਦ ਕਾਹ ਦੇ ਫਿਰ ਸ਼ਾਮਿਕ ਗੋ ਦੇ ਖਾਤੇ ਉਹ ਚਾਰ ਖਲਾਵਾ ਮੈਂ ਸੱਤ ਆ ਜਾ ਟਾਈਮ ਕਿੰਨਾ ਰਹਿ ਗਿਆ ਮੇਰਾ ਟਾਈਮ ਕਬੱਡੀ ਫਿਰ ਪਾਏਗਾ ਸਿਰਫ ਫਿਰ ਨਗਾਰੇ ਦੇ ਸਿਰੇ ਉੱਚਾ ਜਮਾ ਦੇ ਸਿਰ ਦਾ ਕੰਨ ਅੱਗੇ ਗਾਇ ਵਿਕਾਸ ਬਨੋਚ ਦੂਜੇ ਸਿਰ ਦਾ ਪਕਾਰ ਮੈਸਰ ਦਾ ਪਕਾਰ ਮਾਨਾ ਪਕਾਰ ਚਾਰ ਬੱਬਰ ਸ਼ੇਰ ਹੁਰੇ ਗੁਰਦੇਸ ਬੱਬਾ ਚੰਦ ਦੇ ਗੁਰਦੇਸ ਦਾ ਪਕਾਰ ਪਠਾਨ ਦੇ ਬੱਬਾ ਚੰਦ ਚੰਦ ਤੇ ਕੱਟੇ ਗਏ ਗੱਟ ਤੇ ਖੜਕਾ ਕੇ ਟੱਟ ਔਰ ਬੱਬੇ ਦੇ ਸਿਰੇ ਕੱਟੇ ਚੱਕਦਾ ਠੀਕ ਹੈ ਪਰ ਆਪਣੇ ਪਿੰਡ ਦੀ ਨੇ ਆਪੇ ਕਬੱਡੀ ਸਿਰੇ ਫਿਰ ਅਲੀ ਦੋ ਬਣਾ ਦਾ ਬੱਬਰ ਸ਼ੇਰ ਹੋਰਾ ਅਲੀ ਚੀਤੇ ਦਾ ਫਿਰ ਤਾਵਾ ਔਰ ਬੈਠੇ ਦੇ ਸਿਰੇ ਨੇ ਜਿੱਦੇ ਦੇ ਕਾਟੇ ਬਹੁਤ ਬੜਾ ਕਬੱਡੀ ਦਾ ਬਹੁਤ ਬੜਾ ਜਿੱਦੇ ਦੇ ਸ਼ਾਗਰ ਦੇ ਗਰੋਂ ਦੇ ਫੱਟੇ ਜੀਆ ਨੂੰ ਗੱਲ ਕਰ ਸਕਦੇ ਸੀ ਨਾ ਬਹੁਤ ਬੜਾ ਕਬੱਡੀ ਦਾ ਬਹੁਤ ਬੜਾ ਨੇ ਸ਼ਾਗਰ ਦੱਸਦੇ ਵੀ ਇਹਨੇ ਵੀ ਦੋ ਕਬੱਡੀ ਚੱਕ ਨੰਬਰ 5 ਵਰਨਾਰ ਅਸ਼ੋਕ ਕਬੱਡੀ ਗਰੋਂ ਦੇ ਸ਼ੇਰ ਨੇ ਗਰੋਂ ਦੇ ਤੀਸਰਾ ਸਨਾਨਾ ਜ਼ਿਲ੍ਹਾ ਦੇ ਮੈਡੀ ਕਬੱਡੀ ਟੂਰਨਾਮੈਂਟ 5-25 ਦੇ ਰੁਪਏ ਦੀ ਯਾਦ ਦੇ ਵਿੱਚ ਕਬੱਡੀ ਦਾ ਮੇਲਾ ਜਿੱਤ ਗਿਆ ਹੈ ਤਸਵੀਰ ਨੇ ਇਹ ਕਿ 3 ਤਾਰੀਖ ਨੂੰ ਜ਼ਿਲ੍ਹਾ ਦੇ ਮੈਡੀ 70 ਕੇਜੀ ਭਾਰ ਆਲ ਪਾਕਿਸਤਾਨ ਦੇ ਟੂਰਨਾਮੈਂਟ ਦੇ ਰਹੇ ਹਨ ਜਿੰਨੇ ਵੀ ਸ਼ਾਗਿਰਦ ਦੇ ਗਰੋਂ ਦੇ ਵਿੱਚ ਜਿਹੜੇ ਰਾਜੀ ਕਰੋ ਗਰੋਂ ਦੇ ਵਿੱਚ ਜਿਹੜੇ ਰਾਜੀ ਕਰੋ ਨਹੀਂ ਨਹੀਂ ਚੁੱਕਣਾ ਨਹੀਂ ਨਹੀਂ ਚੁੱਕਣਾ ਤਾਂ